ਜਲੰਧਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੇ ਜਿਮਣੀ ਚੋਣਾਂ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਤੋਂ ਬਾਅਦ ਪੂਰੇ ਪੰਜਾਬ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਫਾਜ਼ਿਲਕਾ ਵਿੱਚ ਵੀ ਢੋਲ ਧਮਾਕਿਆਂ ਨਾਲ ਜਸ਼ਨ ਮਨਾਇਆ ਗਿਆ। ਇਹ ਜਸ਼ਨ ਫਾਜ਼ਿਲਕਾ ਦੇ ਚੌਂਕ ਘੰਟਾ ਘਰ ਦੇ ਨੇੜੇ ਮਨਾਇਆ ਗਿਆ, ਜਿੱਥੇ ਬੋਲਦੇ ਆਮ ਆਦਮੀ ਬਲਾਕ ਪ੍ਰਧਾਨ ਭਜਨ ਲਾਲ ਅਤੇ ਤਜਿੰਦਰ ਨਾਮਧਾਰੀ ਵੱਲੋਂ ਢੋਲ ਧਮਾਕਿਆਂ ਨਾਲ ਮਨਾਇਆ ਗਿਆ ਅਤੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਜਲੰਧਰ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੂੰ ਲੈ ਕੇ ਅੱਜ ਫਾਜ਼ਿਲਕਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਤਸਵੀਰਾਂ ਦੇਖ ਰਹੇ ਹੋ ਫਾਜ਼ਿਲਕਾ ਦੀ, ਭੁਪਿੰਦਰ ਸਿੰਘ ਨਾਮਦਾਰ ਜੀ ਭਗਵੰਤ ਮਾਨ ਜੀ ਦੀ ਸੱਚੀ ਸੁੱਚੀ ਸਰਕਾਰ ਜਿੰਦਾਬਾਦ। ਸਰਦਾਰ ਭੁਪਿੰਦਰ ਸਿੰਘ ਨਾਮਦਾਰ ਜੀ ਦੀ ਦੁਕਾਨ ਤੇ ਸਾਰੇ ਵਰਕਰ ਇਕੱਠੇ ਹੋਏ ਆ। ਅੱਜ ਜਿਹੜੇ ਜਲੰਧਰ ਦੇ ਵਿੱਚ ਜੋ ਰਿਜ਼ਲਟ ਆਇਆ ਹੈ ਮੈਂਬਰ ਪਾਰਲੀਮੈਂਟ ਦੀ ਚੋਣ ਦਾ, ਆਮ ਆਦਮੀ ਪਾਰਟੀ ਇੱਥੇ ਵੱਡੀ ਲੀਡ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ ਜੀ ਉੱਥੋਂ MP ਸੀਟ ਜਿੱਤੀ ਹੈ। ਦੇਖੋ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਉਹ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਜਿਹੜੀ ਸਰਕਾਰ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਲਏਗੀ, ਲੋਕ ਉਹਨਾਂ ਨੂੰ ਕਦੇ ਭੁੱਲਦੇ ਨਹੀਂ, ਹਮੇਸ਼ਾ ਲੋਕ ਉਹਨਾਂ ਨੂੰ ਸਾਥ ਦਿੰਦੇ ਹੈ। ਅਤੇ ਭਗਵੰਤ ਮਾਨ ਜੀ ਇੱਕ ਇਹੋ ਜਿਹੇ ਸੱਚੇ ਸੁੱਚੇ ਇਨਸਾਨ, ਸਾਨੂੰ ਇਹੋ ਜਿਹੇ CM ਨਾ ਅੱਜ ਤੱਕ ਕਦੇ ਕੋਈ ਮਿਲਿਆ ਨਾ ਮਿਲਣਾ ਹੈ, ਇਹੋ ਜਿਹੇ CM ਜਿਨ੍ਹਾਂ ਦੀ ਅਗਵਾਈ ਦੇ ਵਿੱਚ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਬਿਜਲੀ ਦੇ ਬਿੱਲ ਮਾਫ਼ੀ ਦੇਖ ਲਓ, ਚਾਹੇ ਰੁਜ਼ਗਾਰ ਦੀ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਦੇਖ ਲਓ, ਬਾਕੀ ਵੀ ਗਰੰਟੀਆਂ ਇੱਕ ਕਰਕੇ ਸਾਰੀਆਂ ਪੂਰੀਆਂ ਹੋਣੀਆਂ ਹੈ। ਉਹਨਾਂ ਪਾਰਟੀਆਂ ਨੂੰ ਇਹਨੇ ਇਸ ਗੱਲ ਵੱਲ ਸੋਚਣਾ ਪੈਣਾ ਕਿ ਜਿਹੜਾ ਵੀ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਪਾਰਟੀ ਆਏਗੀ, ਲੋਕ ਹਮੇਸ਼ਾ ਉਹਦਾ ਸਾਥ ਦੇਣਗੇ। ਅਸੀਂ ਦੁਆਬੇ ਦੇ ਲੋਕਾਂ ਦਾ ਵੀ ਦਿਲ ਦੀਆਂ ਗਰਾਈਆਂ ਤੋਂ ਅਸੀਂ ਫਾਜ਼ਿਲਕਾ ਤੋਂ ਉਹਨਾਂ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਹਿਰਾ ਦੇ ਕੇ ਸ੍ਰੀ ਭਗਵੰਤ ਮਾਨ ਅਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਪਹਿਰਾ ਦਿੱਤਾ ਹੈ। ਅਤੇ ਜਿਹੜੀ ਇਮਾਨਦਾਰ ਜਿਹੜੀ ਸਰਕਾਰ ਆਈ ਹੈ ਇਹ ਲਗਾਤਾਰ ਆਪਣੀ ਇਮਾਨਦਾਰੀ 'ਤੇ ਪਹਿਰਾ ਦਿੰਦੇ ਹੋਏ ਪੰਜਾਬ ਦੇ ਲੋਕਾਂ ਦੀ ਭਲੇ ਵਾਸਤੇ ਕੰਮ ਕਰਦੇ ਰਹਿਣਗੇ। ਜਿਹੜੀਆਂ ਗਰੰਟੀਆਂ ਮੇਨ ਦਿੱਤੀਆਂ ਸੀ ਉਹ ਸਾਰੀਆਂ ਪੂਰੀਆਂ ਹੋਣਗੀਆਂ ਅਤੇ ਪੰਜਾਬ ਦੇ ਵਿੱਚ ਅਸੀਂ ਅੱਜ ਬੜੇ ਇਸ ਗੱਲ ਦੇ ਖੁਸ਼ਕਿਸਮਤ ਔਰ ਖੁਸ਼ੀ ਹਾਂ ਕਿ ਇੰਨੀ ਵੱਡੀ ਜੇ ਇੱਕ ਤਾਂ ਨੈਸ਼ਨਲ ਪਾਰਟੀ ਬਣੀ ਹੈ ਉਹਦੀ ਵੀ ਸਾਰੇ ਸਾਨੂੰ ਵਰਕਰਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਔਰ ਇਹ ਜੀ ਅੱਜ ਤੱਕ ਕੋਈ ਪਾਰਟੀ ਨਹੀਂ ਜਿਹੜੀ ਇੰਨੀ ਜਲਦੀ ਉਹਨਾਂ ਨੂੰ ਲੋਕਾਂ ਨੇ ਨੈਸ਼ਨਲ ਪਾਰਟੀ ਬਣਾਤਾ ਹੋਵੇ। ਇਹ ਸਾਰੀ ਸਾਡੇ ਮੇਨ ਜਿਹੜੇ ਸਾਡੇ ਲੀਡਰ ਹੈ ਉਹਨਾਂ ਦੀ ਵਧੀਆ ਸੋਚ ਅਤੇ ਲੋਕ ਪੱਖੀ ਨੀਤੀਆਂ ਹੈ। ਅਸੀਂ ਸਾਰੇ ਇਸ ਗੱਲ ਦਾ ਅਸੀਂ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਜੋ ਥੱਲੇ ਲੈਵਲ ਦੇ ਅਸੀਂ ਵਰਕਰ ਹਾਂ, ਜਿਹੜੇ ਅਸੀਂ ਸੰਗਠਨ 'ਚ ਕੰਮ ਕਰਨ ਵਾਲੇ ਹਾਂ, ਅਸੀਂ ਸਾਰੇ ਆਮ ਆਦਮੀ ਪਾਰਟੀ ਦੀ ਨੀਤੀਆਂ 'ਤੇ ਪਹਿਰਾ ਦਿੰਦੇ ਹੋਏ ਲੋਕਾਂ ਨੂੰ ਵਧੀਆ ਸੁਰੱਖਿਆ ਮੁਹੱਈਆ ਕਰਾਵਾਂਗੇ। ਲੋਕਾਂ ਦੇ ਜਿਹੜੇ ਕੰਮ ਕਰ ਰਹੇ ਉਹ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਕੰਮ ਤੋਂ ਅਸੀਂ ਲੋਕਾਂ ਦੇ ਕੰਮ ਸਾਰੇ ਜਿੰਨੀ ਹੈ ਸਾਡੇ ਲੈਵਲ ਦੇ ਕੰਮ ਅਸੀਂ ਨੇਪਰੇ ਚਾੜਾਂਗੇ। ਜੋ ਵੱਡੇ ਲੈਵਲ ਦੇ ਸਾਡੇ MLA ਸਭਾਨ ਅਤੇ ਸਾਡੇ ਜਿਹੜੇ ਵੱਡੇ ਮੰਤਰੀ ਉਹ ਸਾਰੇ ਕਰ ਰਹੇ ਪੰਜਾਬ ਦਾ, ਇੰਨਾ ਕਹਿੰਦਾ ਅਸੀਂ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅਸੀਂ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਸਾਡੀ ਗੱਲ ਸੁਣਨ ਵਾਸਤੇ ਤੁਸੀਂ ਆਏਗੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਫਿਰ ਦੁਬਾਰਾ ਦੁਆਬੇ ਦੇ ਲੋਕਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਹੀ ਕਰਦੇ ਹਾਂ, ਤੁਹਾਡਾ ਬਹੁਤ ਬਹੁਤ। ਸੱਚੇ ਸੁੱਚੇ ਇਨਸਾਨ ਦਾ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਹੀ ਧੰਨਵਾਦ ਕਰਨਾ, ਜਿਨ੍ਹਾਂ ਨੇ ਪੰਜਾਬ ਦੇ ਰਖਵਾਲੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਸੰਭਾਲ ਕੇ ਰੱਖਿਆ। ਨਾਲ ਹੀ ਮੈਂ ਉਹਨਾਂ ਦੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ, ਬਿਲਕੁਲ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਹੋਏਗੀ, ਕਿਸੇ 'ਤੇ ਝੂਠਾ ਪਰਚਾ ਨਹੀਂ ਹੋਵੇਗਾ, ਉਹਨਾਂ ਦੇ ਬਿਹਾਵ 'ਤੇ ਕਿਸੇ ਦੇ ਜ਼ਮੀਨ 'ਤੇ ਕਬਜ਼ਾ ਨਹੀਂ ਹੋਏਗਾ, ਕੋਈ ਵੀ ਕਿਸੇ 'ਤੇ ਆਮ ਆਦਮੀ ਪਾਰਟੀ 'ਤੇ ਵਾਧਾ ਨਹੀਂ ਹੋਏਗਾ। ਆਮ ਆਦਮੀ ਪਾਰਟੀ ਸਾਰਿਆਂ ਦੀ ਪਾਰਟੀ ਹੈ, ਆਮ ਇਨਸਾਨ ਦੀ ਪਾਰਟੀ ਹੈ। ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਵਾਧਾ ਹੁੰਦਾ ਤੁਸੀਂ ਮੇਰੇ ਕੋਲ ਆਓ, ਮੈਂ ਸਿੱਧੀ ਆਪ ਜੀ ਦੀ ਰਿਕੁਐਸਟ ਭਗਵੰਤ ਮਾਨ ਜੀ ਕੋਲ ਸਿੱਧੀ ਪਹੁੰਚਾਵਾਂਗੇ, MLA ਸਾਹਿਬ ਕੋਲ ਪਹੁੰਚਾਵਾਂਗੇ। ਬਿਲਕੁਲ ਇੱਥੇ ਕੋਈ ਵੀ ਫਾਜ਼ਿਲਕਾ ਵਿੱਚ ਗਲਤ ਕੰਮ ਨਹੀਂ ਹੋ ਸਕਦਾ। ਧੰਨਵਾਦ ਪ੍ਰੈਸ ਦਾ, ਸਾਰੇ ਇਲਾਕਿਆਂ ਵਾਸੀਆਂ ਦਾ ਧੰਨਵਾਦ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।